सब्सक्राइब करो दिव्या पंजाब टीवी अते बैल आइकन प्रेस करो नवीआं अते ताजीआं खबरां वेखण लई। 2019 दीआं लोकसभा चोणां दे मद्देनजर श्रोमणी अकाली दल बादल नूं जमीनी पद्धर ते होर मजबूत करन लई अज इस्त्री अकाली दल जिला गुरदासपुर दी एक विशेष मीटिंग गुरद्वारा श्री सत करतारिया बटाला विखे हुई, जिस विच इस्त्री अकाली दल प्रधान बीबी जगीर कौर अते बटाला तों पार्टी विधायक लखबीर सिंह लोधी नगल विशेष तौर पर हाजिर होए। इस मीटिंग विच इस्त्री अकाली दल दीआं कुछ नवीआं ते अहम नियुक्तियां कीतीआं गईआं, जिन्हां विच बीबी त्वेणी चौहान नूं मीत प्रधान पंजाब, बीबी कमल नूं जनरल सकत्तर पंजाब अते बीबी आंचल नूं वी जनरल सकत्तर पंजाब दा अहुदा दित्ता गया। मीटिंग नूं संबोधन करदिआं प्रधान बीबी जगीर कौर ने कहा कि किसी भी समाज ते देश की तरक्की विच औरतां दा अहम योगदान हुंदा है। उन्हां कहा कि श्रोमणी अकाली दल बादल पार्टी वालों सदा ही औरतों नूं बनदा मान सत्कार दिता जांदा रहा है अते अज भी उह सब औरतों नूं लामबद्ध करन लई इत्थे आए हन। ਚਿੰਤਾ ਬਣੀਆਂ ਜਿਹਦੇ ਨਾਲ ਅਸੀਂ ਬਹੁਤ ਮਜ਼ਬੂਤੀ ਜਾ ਰਹੇ ਹਾਂ ਔਰ ਔਰਤ ਵੀ ਸਮਝਦੀ ਹੈ ਕਿ ਇਹ ਕੇਵਲ ਤੇ ਕੇਵਲ ਸਾਨੂੰ ਮਾਨ ਸਨਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਕਦਾ ਹੈ, ਕਿਉਂਕਿ ਇੱਕ ਐਗਜ਼ਾਮਪਲ ਹੈ ਕਿ ਮੈਂ ਤੁਹਾਡੇ ਸਾਹਮਣੇ ਬੈਠੀ ਹਾਂ ਕਿ ਜੇ ਧਰਮ ਸਿੱਖ ਧਰਮ ਏਡਾ ਮਹਾਨ ਧਰਮ ਹੈ, ਕੋਈ ਸੰਸਥਾ ਵੇਖ ਲਓ ਕਿਸੇ ਧਰਮ ਦੀ ਧਾਰਮਿਕ ਸੰਸਥਾ, ਅੱਜ ਤੱਕ ਕਿਸੇ ਧਾਰਮਿਕ ਸੰਸਥਾ ਦੀ ਕੋਈ ਮੁਖੀ ਔਰਤ ਨਹੀਂ ਹੋਈ। ਜੇ ਕਿਸੇ ਨੇ ਮਾਨ ਸਨਮਾਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਅਨੁਸਾਰ ਦਿੱਤਾ ਤੇ ਇਹ ਸ਼੍ਰੋਮਣੀ ਅਕਾਲੀ ਦਲ ਨੇ ਦਿੱਤਾ ਕਿ ਉਸ ਮਹਾਨ ਸੰਸਥਾ ਸ਼੍ਰੋਮਣੀ ਕਮੇਟੀ ਦੇ ਮੁੱਖ ਸੇਵਾਦਾਰ ਹੋਣ ਦੇ ਵਜੋਂ ਇਹ ਮਾਨ ਸਨਮਾਨ ਇੱਕ ਔਰਤ ਨੂੰ ਮਿਲਿਆ, ਜਿਹੜੀ ਦੁਨੀਆਂ ਵਿੱਚ ਇੱਕ ਲੋਕੀ ਗੁੰਮਰਾਹ ਹੋ ਗਏ ਸੀਗੇ, ਲੋਕਾਂ ਨੂੰ ਬੜਾ ਭੰਬਲ ਭੁੱਸੇ 'ਚ ਪਾ ਦਿੱਤਾ ਗਿਆ, ਐਵੇਂ ਸ਼ੋਸ਼ੇ ਛੱਡ ਕੇ ਇੱਕ ਨਸ਼ਿਆਂ ਦਾ ਦੌਰ ਚੱਲ ਗਿਆ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਜੀ, ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਨੂੰ ਗੁੰਮਰਾਹ ਕਰਕੇ ਇੱਕ ਤੀਜੀ ਪਾਰਟੀ ਹਵਾ 'ਚ ਪੈਦਾ ਹੋਈ ਆਮ ਆਦਮੀ ਪਾਰਟੀ, ਉਹਨੇ ਆ ਕੇ ਵੋਟਾਂ ਨੂੰ ਵੰਡ ਦਿੱਤਾ ਔਰ ਜਿਹਦੇ ਕਰਕੇ ਜਿਹੜੀ ਕਾਂਗਰਸ ਦੀ ਹੋਂਦ ਵਿੱਚ ਆਈ ਔਰ ਕਾਂਗਰਸ ਦੀ ਸਰਕਾਰ ਬਣ ਗਈ। ਕਾਂਗਰਸ ਅਤੇ ਬਾਕੀ ਸਾਰੀਆਂ ਆਮ ਆਦਮੀ ਪਾਰਟੀ ਜਾਂ ਜਿੰਨੀਆਂ ਵੀ ਅੱਜ ਨਿੱਕੀਆਂ ਨਿੱਕੀਆਂ ਪਾਰਟੀਆਂ ਨਿਕਲ ਕੇ ਆ ਰਹੀਆਂ ਉਹ ਕੇਵਲ ਤੇ ਕੇਵਲ ਕਾਂਗਰਸ ਨੂੰ ਫਾਇਦਾ ਦੇਣ ਵਾਸਤੇ ਬਣਦੀਆਂ। ਮੈਂ ਸਮਝਦੀ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਧਰਮ ਦੇ ਸਿਧਾਂਤ ਦੇ ਅਨੁਸਾਰ ਔਰ ਪੂਰੀ ਪਾਲਿਸੀ ਦੇ ਅਨੁਸਾਰ ਲੋਕਾਂ ਵਿੱਚ ਆਪਣੀ ਸੇਵਾ ਲੈ ਕੇ ਜਾਂਦੀ ਹੈ। ਅੱਜ ਵੀ ਅਸੀਂ ਉਹ ਹੀ ਆਪਣੀਆਂ ਭੈਣਾਂ ਨੂੰ ਜਾਗਰੂਕ ਕਰਨ ਵਾਸਤੇ ਆਏ ਸੀ ਕਿ ਤੁਹਾਡਾ ਵਿਰਸਾ ਦੇਖੋ ਉਹ ਚੋਣਾਂ ਹੋਈਆਂ ਹੀ ਨਹੀਂ, ਅਸੀਂ ਤਾਂ ਕਹਿੰਦੇ ਸੀ ਜਾਂ ਤਾਂ ਇਹਨਾਂ ਨੋਮੀਨੇਸ਼ਨ ਹੋ ਜਾਣੀ ਚਾਹੀਦੀ ਹੈ, ਕਿਉਂਕਿ ਚੋਣਾਂ ਹੁੰਦੀਆਂ ਜਿਹੜੀ ਲੋਕਾਂ ਨੂੰ ਆਜ਼ਾਦੀ ਦੇ ਨਾਲ ਲੋਕ ਵੋਟ ਪਾਉਣ, ਡੈਮੋਕਰੇਸੀ ਉਹਨੂੰ ਕਹਿੰਦੇ ਆ ਜਿਹੜਾ ਲੋਕ ਆਪ ਘਰਾਂ ਤੋਂ ਉੱਠ ਕੇ ਜਾ ਕੇ ਵੋਟ ਪਾਉਣ, ਪੇਪਰ ਫਾਈਲ ਕਰਨੇ ਹੋਣ ਲੋਕੀ ਆਜ਼ਾਦੀ ਨਾਲ ਪੇਪਰ ਫਾਈਲ ਕਰਨ। ਜਦੋਂ ਅਸੀਂ ਘਰ ਬੈਠਿਆਂ ਦੇ ਪੇਪਰ ਵੀ ਰੱਦ ਕਰ ਦਿੱਤੇ, ਨੁਕਸਾਨ ਕਰ ਦਿੱਤਾ, ਲੋਕਾਂ ਨੂੰ ਪੇਪਰ ਭਰ ਨਹੀਂ ਦਿੱਤੇ, ਕਾਗਜ਼ ਕੈਂਸਲ ਕਰ ਦਿੱਤੇ ਤੇ ਲੋਕਾਂ ਨੂੰ ਇੰਨੀ ਦਹਿਸ਼ਤ ਪਾ ਦਿੱਤੀ ਘਰ ਘਰ ਦੇ ਵਿੱਚ ਇਹਨਾਂ ਨੇ ਮੁਲਾਜ਼ਮਾਂ ਰਾਹੀਂ ਸਰਕਾਰ ਰਾਹੀਂ ਪੁਲਿਸ ਰਾਹੀਂ ਕਿ ਵੋਟਾਂ ਪਾਉਣ ਵਾਲਿਆਂ ਨੂੰ ਵੀ ਡਰਾ ਡਰਾ ਕੇ ਕਿ ਤੁਸੀਂ ਤੁਹਾਡੀਆਂ ਪੁੱਤਾਂ ਦੀਆਂ ਨੌਕਰੀਆਂ ਅਸੀਂ ਬਦਲੀਆਂ ਕਰ ਦੇਵਾਂਗੇ, ਤੁਹਾਡੀਆਂ ਪੈਨਸ਼ਨਾਂ ਬੰਦ ਕਰ ਦਾਂਗੇ, ਤੁਹਾਡੇ ਮਤਲਬ ਕਹਿਣ ਤੋਂ ਬਾਅਦ ਥਰੈਟ ਕਰ ਕਰਕੇ ਜਿਹੜੀਆਂ ਵੋਟਾਂ ਪਾਈਆਂ ਗਈਆਂ ਉਹ ਕੋਈ ਵੋਟ ਨਹੀਂ ਸੀ, ਉਹ ਤੇ ਬਿਨਾਂ ਵਜ੍ਹਾ ਤੇ ਲੋਕਾਂ ਨੂੰ ਕਮਜ਼ੋਰ ਕਰਨ ਦੀ ਗੱਲ ਕੀਤੀ ਗਈ ਪਾਰਟੀ ਨੂੰ। ਪਰ ਇੱਕ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਵੀ ਤੁਸੀਂ ਕਿਸੇ ਬਾਲ ਨੂੰ ਦਬਾਓਗੇ ਨਾ ਉਹ ਜ਼ਿਆਦਾ ਉਭਰੇਗੀ, ਇਸੇ ਤਰ੍ਹਾਂ ਜੇ ਅੱਜ ਲੋਕਾਂ ਨੂੰ ਦਬਾਇਆ ਜਾ ਰਿਹਾ ਤਸ਼ੱਦਦ ਕੀਤਾ ਜਾ ਰਿਹਾ, ਲੋਕ ਜਾਗਰੂਕ ਹੋਏ ਔਰ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਉਹਨਾਂ ਨੂੰ ਸਬਕ ਸਿਖਾ ਦੇਣ, ਔਰਤਾਂ ਨੂੰ ਮਜ਼ਬੂਤ ਕਰਨ ਦੇ ਸੰਬੰਧ ਵਿੱਚ ਹੀ, ਔਰਤਾਂ ਨੂੰ ਲਾਮਬੰਦ ਕਰਨ ਦੇ ਸੰਬੰਧ ਵਿੱਚ ਹੀ, ਔਰਤਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਜੋ ਪਾਲਿਸੀਜ਼ ਹੈ ਘਰ ਘਰ ਪਹੁੰਚਾਉਣ ਵਾਸਤੇ ਇਸਤਰੀ ਵਿੰਗ ਜਿਹੜਾ ਉਹ ਕੰਮ ਕਰੇ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਆਪਣੀ ਪੂਰੀ ਭੂਮਿਕਾ ਨਿਭਾਵੇ, ਕਿਉਂਕਿ ਇਹ ਰਾਜਨੀਤੀ ਤਾਂ ਪਰਿਪੱਕ ਹੋਏਗੀ, ਰਾਜਨੀਤੀ ਵਿੱਚ ਤਾਂ ਹੋਣਗੀਆਂ ਜੇ ਆਪ ਘਰਾਂ 'ਚੋਂ ਬਾਹਰ ਨਿਕਲ ਕੇ ਕੰਮ ਕਰਨਗੇ। ਅਸੀਂ ਹੋਰ ਨਿਯੁਕਤੀਆਂ ਕੀਤੀਆਂ, ਮੈਨੂੰ ਨਾਵਾਂ ਦਾ ਤਾਂ ਨਹੀਂ ਚੇਤਾ, ਲਿਖੇ ਹੋਏ ਨਾਂ ਦੇ ਦੇਣਗੇ। ਮੈਂ ਵੈਸੇ ਤਾਂ ਚਾਹੁੰਦੀ ਨਹੀਂ ਹੁੰਦੀ ਕਿ ਮੈਂ ਉਹਦੀ ਕੋਈ ਗੱਲ ਕਰਾਂ, ਤੇ ਮੈਂ ਸਮਝਦੀ ਹਾਂ ਕਿ ਜਿਹੜੇ ਵਿਅਕਤੀ ਦਾ ਕੋਈ ਕਿਰਦਾਰ ਨਹੀਂ, ਜਿਸ ਵਿਅਕਤੀ ਦੀ ਕੋਈ ਸਟੇਬਿਲਿਟੀ ਨਹੀਂ, ਜਿਸ ਵਿਅਕਤੀ ਦੀ ਕੋਈ ਕਿਸੇ ਕਿਸਮ ਦੀ ਕਿਸੇ ਨਾਲ ਕਮਿਟਮੈਂਟ ਨਹੀਂ, ਜਿਸ ਵਿਅਕਤੀ ਦਾ ਕਿਸੇ ਪਾਰਟੀ ਵਿੱਚ ਕੋਈ ਸੇਵਾ ਦਾ ਸੰਬੰਧੀ ਕਮਿਟਮੈਂਟ ਦੇ ਨਾਲ ਅਸੀਂ ਸੇਵਾ ਕਰਦੇ ਹਾਂ, ਉਹ ਵਿਅਕਤੀ ਦੀ ਨਾ ਤਾਂ ਕੋਈ ਪਾਰਟੀ ਹੈ ਜੀ, ਨਾ ਉਹ ਕਿਸੇ ਪਾਰਟੀ ਦਾ ਵਫਾਦਾਰ ਹੈ ਜੀ, ਨਾ ਕਿਤੇ ਉਹਦੇ ਸਿਰਫ ਇੱਕੋ ਹੀ ਹੈ ਕਿ ਉਹਦੇ ਲਾਲਚ ਕਿੱਥੇ ਪੂਰੇ ਹੁੰਦੇ ਆ, ਉਹ ਬਹੁਤ ਵੱਡੀਆਂ ਇਸ਼ਾਵਾਂ ਲੈ ਕੇ ਤੁਰਿਆ ਹੋਇਆ। ਇਸ਼ਾਵਾਂ ਹੋਣੀਆਂ ਚਾਹੀਦੀਆਂ, ਲੇਕਿਨ ਵਿੱਚ ਪਾਰਟੀ ਦੇ ਰਹਿ ਕੇ ਆਪਣੇ ਕੰਮ ਕਰੋ, ਲੋਕਾਂ ਦੀ ਸੇਵਾ ਕਰੋ, ਆਪਣੀ ਦ੍ਰਿੜਤਾ ਦੇ ਨਾਲ ਵਫਾਦਾਰੀ ਦੇ ਨਾਲ ਲੋਕਾਂ ਦੀ ਕੀਤੀ ਸੇਵਾ ਨੂੰ ਸੰਭਾਲੋ। ਹੁਣ ਲੋਕਾਂ ਨੇ ਇਲਾਕੇ ਵਾਲੇ ਨੂੰ MLA ਬਣਾਤਾ, ਉਹ ਵੀ ਕਿੱਦਾਂ ਬਣਿਆ ਸੀ ਜੀ, ਬਣਨਾ ਹੀ ਨਹੀਂ ਸੀ ਉਹਦੇ ਨਾਲ, ਕਿਉਂਕਿ ਕਾਂਗਰਸ ਦਾ ਇੱਕੋ ਏਜੰਟ ਬਣ ਕੇ ਕੰਮ ਕਰ ਰਿਹਾ, ਕਾਂਗਰਸ ਦੀ ਟੀਮ ਬਣ ਕੇ ਕੰਮ ਕਰ ਰਿਹਾ। ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਦੱਸ ਸਕਦੀ ਹਾਂ ਕਿ ਜਦੋਂ ਚੋਣ ਹੋਈ ਸੀ ਸਾਡੀ, ਸਾਰੇ ਸਾਹਮਣੇ ਟ੍ਰਾਇੰਗਲ ਫਾਈਟ ਹੋਈ, ਲੇਕਿਨ ਹਲਕਾ ਪਲੱਥ ਵਿੱਚ ਕਾਂਗਰਸ ਨੇ ਕੋਈ ਉਮੀਦਵਾਰ ਨਹੀਂ ਦਿੱਤਾ, ਇਸ ਕਾਂਗਰਸ ਵਾਲੇ ਸਾਰਿਆਂ ਨੇ ਇਹਨੂੰ
सपोर्ट कर दिता कि असी तेन वोटा पावे। साडा अकाली दल का एक वर्कर तोड़ के रात को लास्ट दिन उन्होंने अनाउंसमेंट की रणजीत सिंह राणे की, जिन्हों केवल 5,500 वोट पे, सारी कांग्रेस की वोट, सारी वेवरिंग वोट, सारी जी गुमराह हुई वोट आम आदमी पार्टी से 100 सीटा जितांगे, वो सारी एनआरआई बैल्ट होने करके एनआरआई बच्चों ने गुमराह होकर भंबल भूसे च पै गए। लोग पता नहीं की इन्हों लोगों दलों से प्रभावित हो गए, इन्ह उ बाहरों पैसा लैके आना सगों गुमराह कर दिता। वो एनआरआई बच्चे जो साढ़े से गए छोटे छोटे इधर निके निके चल गए, 8 साल के 10 साल के, उन्होंने पता नहीं राजनीति की गल सी। उन्होंने लोगों ने मां प्यो कह के चोरी वोटा पवाती हैं, जिद सा नुकसान होया। सिर्फ 7,000 वोट जितया, 7,000 वोट देख लो, 4,000 वोट जे कांग्रेस का कोई कैंडिडेट लैजेंड है जित नहीं सकता। इन्हें कांग्रेस ने लड़ के वोटा लिया और अज भी एदा जिहड़ा जीजा रणजीत सिंह चेयरमैन है उत्थे, और नशे का ए ड्रग्स का केस है। पाकिस्तान विचों सिमां आईयां, पाकिस्तान दे विचों टैलीफोन आए, पाकिस्तान चो ड्रग्स आई, वो परचा दर्ज होया इहदे चेयरमैन दे उत्ते गुरदेव सिंह दे उत्ते, उहदे नाल भाईवाल सी साबित हो गया। लोअर कोर्ट फाजिलका जी ने इहनूं परचे विच शामिल करन वास्ते कह दिता, अरैसट करन वास्ते कह दिता। इहने लोअर कोर्ट नूं भी, लोअर कोर्ट दे दोष नूं नहीं मन्निया, उत्थे आ गया हाई कोर्ट च गया। हाई कोर्ट ने भी कह दिता कि बिल्कुल सही है, यह शामिल इतने होना चाहिए, तफ्तीश में शामिल होना चाहिए, पर इन्हें उत्थे भी नहीं मन्निया। हुण सुप्रीम कोर्ट की तुहाडी इच्छा जी है, कितनी तुहाडी? रिंकू राजा, दिव्या पंजाब टीवी, बटाला।